ਦਾ ਸਿੱਧੂ ਮੂਸੇ ਵਾਲੇ ਤੇ ਸਟੈਫਲੰਡਨ ਦੇ ਚੈਨਲ ਦੇ ਵਿੱਚ ਆ ਚੀਜ਼ਾਂ ਦੇ ਵਿੱਚ ਫਰਕ ਹੈ ਸਤ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋ ਹੋਗੇ ਸੋ ਵੀਡੀਓ ਲੈ ਕੇ ਆਇਆ ਹਾਂ ਜੀ ਸਿੱਧੂ ਮੂਸੇ ਵਾਲੇ ਦਾ ਲੈਮਨ Song 19 ਸਟੈਫਲੰਡਨ ਦੇ ਨਾਲ ਆਇਆ ਹੈ ਤੇ ਉਸ ਦੇ ਸਬੰਧ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਆਪਾਂ ਨੂੰ ਫੀਕ ਲੱਗੀਆਂ ਤੇ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਿੱਧੂ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਉਹ ਪ੍ਰੋਪਰਲੀ ਉਹ ਚੀਜ਼ ਦਾ ਕੰਮ ਹੋ ਨਹੀਂ ਪਾ ਰਿਹਾ ਜਿਸ ਤਰੀਕੇ ਦੇ ਨਾਲ ਆਪਾਂ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਇੱਕ ਪਹਿਲੀ ਗੱਲ ਤੇ ਹੁਣ ਇਹ ਕਹਿ ਸਕਦੇ ਹਾਂ ਕਿ ਗੋਰਿਆਂ ਕਾਲਿਆਂ ਦੀ ਥਿੰਕਿੰਗ ਜਾਂ ਆਪਣੀ ਪੰਜਾਬੀਆਂ ਦੀ ਥਿੰਕਿੰਗ ਅਲੱਗ-ਅਲੱਗ ਹੁੰਦੀ ਹੈ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਪਹਿਲਾਂ ਵੀ ਕਈ Song ਆ ਚੁੱਕੇ ਨੇ ਜਾਂ ਕਈ ਉਹਦੇ ਜਾਣ ਤੋਂ ਬਾਅਦ ਕਈਆਂ ਦੇ ਨਾਲ Song ਆਏ ਨੇ ਜਿਹਦੇ ਵਿੱਚ ਇੱਕ ਸਿੱਧੂ ਮੂਸੇ ਵਾਲੇ ਨੂੰ ਇੱਕ ਪਹਿਲੇ ਨੰਬਰ ਦਾ ਕਹਿ ਲੀ ਆਪਾਂ ਦਰਜਾ ਦਿੱਤਾ ਜਾਂਦਾ ਸੀ ਕਹਿ ਲੀਏ ਉਹਦੇ ਜਦੋਂ ਟਾਈਟਲ ਪਾਇਆ ਜਾਂਦਾ ਸੀ ਤੇ ਪਹਿਲੇ ਨੰਬਰ ਤੇ ਸਿੱਧੂ ਮੂਸੇ ਵਾਲੇ ਦਾ ਨਾਮ ਲਿਖਿਆ ਜਾਂਦਾ ਸੀ ਫਿਰ ਦੂਜੇ ਬੰਦੇ ਦਾ ਨਾਮ ਲਿਖਿਆ ਜਾਂਦਾ ਸੀ ਜੀ ਦਾ Song ਹੁੰਦਾ ਸੀ ਜਿਸ ਤਰ੍ਹਾਂ ਭਾਵੇਂ ਡਿਵਾਈਨ ਦੇ ਨਾਲ ਵੀ Song ਆਇਆ ਉਹਦੇ ਵਿੱਚ ਵੀ ਡਿਵਾਈਨ ਦਾ ਨਾਮ ਬਾਅਦ ਵਿੱਚ ਹੈ ਪਹਿਲਾ ਨੰਬਰ ਸਿੱਧੂ ਮੂਸੇਵਾਲੇ ਦਾ ਨਾਮ ਲਿਖਿਆ ਜਾਂਦਾ ਸੀ ਕਿ ਸਿੱਧੂ ਮੂਸੇਵਾਲੇ ਦੇ ਨਾਲ ਡਿਵਾਈਨ ਦੇ ਨਾਲ ਤੇ ਹੁਣ ਬਿਸ਼ੱਕ ਦਿੱਤੀ ਹੁਣ ਸਟੈਫਲੰਡਰ ਨੇ ਵੀ ਭਾਵੇਂ ਆਪਣੇ ਚੈਨਲ ਤੇ ਪਾਇਆ ਹੋ ਸਕਦਾ ਉਹਨਾਂ ਦੀ ਥਿੰਕਿੰਗ ਆਪਣੇ ਤਰੀਕੇ ਦੀ ਆ ਪਰ ਪੰਜਾਬੀਆਂ ਦੀ ਇੱਕ ਸੂਝ ਹੁੰਦੀ ਹੈ ਕਿ ਬਾਈ ਜਿਹੜੇ ਬੰਦੇ ਦਾ ਜਾਣ ਤੋਂ ਬਾਅਦ ਉਸ ਬੰਦੇ ਨੂੰ ਵਾਧੂ ਤੋਂ ਵੱਧ ਉਸ ਚੀਜ਼ ਦਾ ਕ੍ਰੈਡਿਟ ਦਿੱਤਾ ਜਾਵੇ ਉਸ ਚੀਜ਼ ਨੂੰ ਉਸ ਚੀਜ਼ ਦੀ ਉਹਨੂੰ ਬੰਦੇ ਦਾ ਇੱਕ ਨਾਮ ਰੌਸ਼ਨ ਹੁੰਦਾ ਇੱਕ ਮਾਤਾ ਪਿਤਾ ਨੂੰ ਇੱਕ ਨਾ ਦਲਾਸਾ ਜਿਹਾ ਮਿਲਦਾ ਚਲੋ ਇਹ ਪੁਆਇੰਟ ਤੇ ਛੋਟੇ ਛੋਟੇ ਨੇ ਦੂਜੀ ਨੰਬਰ ਤੇ ਆਪਾਂ ਹੁਣ ਜਦੋਂ ਸਟੈਫਲੰਡਰ ਨੇ 100 ਗਰ ਰੀਲੀਜ਼ ਕੀਤਾ ਹੈ ਉਸ ਦਾ ਕਵਰ ਦੇਖਿਓ ਕਵਰ ਦੇ ਵਿੱਚ ਸਿਰਫ ਕੋਈ ਮਤਲਬ ਕਿ ਪਹਿਲਾ ਜਿਹੜਾ ਕਵਰ ਪਾ ਦਿੱਤਾ ਗਿਆ ਉਹ ਤੇ ਸਾਰਿਆਂ ਨੇ ਚੈੱਕ ਕੀਤਾ ਹੋਇਆ ਹੈ ਹਨਾ ਤੇ ਹੁਣ ਜਿਹੜਾ ਆ ਹੁਣ 100 ਗਰ ਰੀਲੀਜ਼ ਹੋਇਆ ਉਹ ਤੁਸੀਂ ਕਵਰ ਦੇਖੋਗੇ ਉਹਦੇ ਵਿੱਚ ਕੋਈ ਸਟੈਫਲੰਡਰਨ ਦੀ ਸਿਰਫ ਫੋਟੋ ਆ ਰਹੀ ਹੈ ਸਿੱਧੂ ਮੂਸੇ ਵਾਲੇ ਦਾ ਕੋਈ ਫੋਟੋ ਨਹੀਂ ਕੋਈ ਕੁਛ ਨਹੀਂ ਇਹ ਚੀਜ਼ ਆਪਾਂ ਦੇਖਣ ਨੂੰ ਮਿਲੀ ਹੈ Song ਦੇ ਵਿੱਚ ਕਿ ਹੁਣ ਜਿਹੜਾ ਟਾਈਟਲ ਪਾਇਆ ਗਿਆ ਹੈ ਇਸ ਟਾਈਟਲ ਦੇ ਵਿੱਚ ਪਹਿਲੇ ਨੰਬਰ ਤੇ ਸਟੈਫਲੈਂਡਰ ਫਿਰ ਡਿਲੇਮਾ ਫਿਰ ਸਿੱਧੂ ਮੂਸੇ ਵਾਲੇ ਦਾ ਲਿਖਿਆ ਗਿਆ ਹੈ ਬਾਕੀ ਉਹਦੇ ਵਿੱਚ ਜਿਹੜੀ ਕਹਿ ਲਈਏ ਕਿ ਬਾਈ ਦੀ ਵੀਡੀਓ ਲਈ ਗਈ ਹੈ ਸਿੱਧੂ ਮੂਸੇ ਦਾ ਪਹਿਲਾਂ ਵੀ ਚੋਰਨੀ Song ਆਇਆ ਸੀ ਤੇ ਉਸ ਚੋਰਨੀ Song ਦੇ ਵਿੱਚ ਵੀ ਉਸ ਬਾਈ ਨੂੰ ਲਿਆ ਗਿਆ ਸੀ ਜਿਹਦੇ ਸਿੱਧੂ ਮੂਸੇ ਵਾਲੇ ਦੀ ਜਿਹਦੇ ਨਾਲ ਸ਼ਕਲ ਮਿਲਦੀ ਹੈ ਤੇ ਇਸ Song ਦੇ ਵਿੱਚ ਵੀ ਉਸ ਬਾਈ ਨੂੰ ਹੀ ਸਿੱਧੂ ਮੂਸੇ ਵਾਲਾ ਬਣਾਇਆ ਗਿਆ ਹੈ ਭਾਵੇਂ ਕਿ ਸ਼ਕਲ ਸਿੱਧੂ ਮੂਸੇ ਵਾਲੇ ਦੀ ਹੈ ਪਰ ਬਾਈ ਦੇ ਪਰ ਇਸ ਵਾਰੀ ਥੋੜਾ ਪੈ ਕਿਉਂਕਿ ਚੋਰਨੀ Song ਕਿ ਉਹਦੇ ਵਿੱਚ ਹਜੇ ਥੋੜਿਆ ਥੋੜਾ ਮੈਚਿੰਗ ਕਰਦੀ ਐ ਐਡੀਟਿੰਗ ਦੇ ਵਿੱਚ ਜਦੋਂ ਤੁਸੀਂ ਚੈੱਕ ਕਰਨਾ ਕਰੋਗੇ ਉਹਦੇ ਵਿੱਚ ਸਿੱਧੂ ਮੂਸੇ ਵਾਲਾ ਥੋੜਾ ਬਹੁਤਾ ਚਲਕ ਪੈਂਦੀ ਐ ਪਰ ਇਸ ਵੀਡੀਓ ਦੇ ਵਿੱਚ ਇੱਕ ਨਾ ਦੇਖਿਓ ਗੌਰ ਦੇ ਨਾਲ ਫੇਸ ਅਲੱਗ ਦਿਖ ਰਿਹਾ ਏ ਤੇ ਥੋੜੀ ਬੋਡੀ ਜਿਹੜੀ ਐ ਨਾ ਉਹ ਲੱਗ ਤਰੀਕੇ ਦੇ ਨਾਲ ਵਾਈਬ ਕਰ ਰਹੀ ਏ ਮਤਲਬ ਕਿ ਉਸ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਉਹ ਚੀਜ਼ ਐਡੀਟਿੰਗ ਦੇ ਵਿੱਚ ਜਿਾ ਕਹਿ ਸਕਦੇ ਆ ਥੋੜਾ ਬਹੁਤਾ ਫਰਕ ਐ ਜਾਂ ਕਿਸ ਤਰੀਕੇ ਦੇ ਨਾਲ ਬਾਕੀ ਤੁਸੀਂ ਸੌਂਗ ਸਾਰੇ ਨੇ ਐਲੀਮੈਂਟ ਦੇਖ ਲਿਆ ਤੇ ਬੜਿਆ ਨੇ ਹੁਣ ਕਿਉਂਕਿ ਜੇ ਤਾਂ ਸਿੱਧੂ ਮੂਸੇ ਵਾਲੇ ਦੇ ਚੈਨਲ ਤੇ ਪੈਂਦਾ ਤੇ ਇਹੀ Song ਹੁਣੋਂ ਮਿਲੀਅਨ ਤੇ ਟੱਪਿਆ ਹੋਣਾ ਸੀ ਪਰ ਹੁਣ ਸਟੈਫ ਲੰਡਨ ਦੇ ਪਿਆ ਚਲੋ ਅਗਲੀ ਦਾ ਕੋਈ ਕ੍ਰੈਡਿਟ ਹੈ ਉਹਦੇ ਨਾਲ ਗਿਆ ਪਰ ਇੱਕ ਆ ਚੀਜ਼ ਦਾ ਸਿੱਧੂ ਮੂਸੇ ਵਾਲੇ ਤੇ ਸਟੈਫ ਲੰਡਨ ਦੇ ਚੈਨਲ ਦੇ ਵਿੱਚ ਆ ਚੀਜ਼ਾਂ ਦੇ ਵਿੱਚ ਫਰਕ ਹੈ ਇਹ ਫਰਕ ਤਾਂ ਹੈ ਕਿ ਜੇ ਇਹੀ Song ਸਿੱਧੂ ਮੂਸੇ ਵਾਲੇ ਦੇ ਹੁਣ ਕਈਆਂ ਨੇ ਕਹਿਣ ਨਾ ਕਹਿਣ ਵਾਲੇ ਜਿਹੜੇ ਹੀਟਰ ਹੁੰਦੇ ਹੀ ਨੇ ਕਿ ਜਿਹੜੇ ਕਹਿ ਦਿੰਦੇ ਨੇ ਕਿ ਹਾਂ ਹੁਣ ਸਿੱਧੂ ਮੂਸੇ ਵਾਲੇ ਦੇ ਕਿੰਨਾ ਇੰਨਾ Song ਚੱਲਿਆ ਜਾਂ ਇੰਨਾ Song ਚੱਲਿਆ ਉਹਨਾਂ ਨੂੰ ਇਹ ਹੀ ਦੱਸਿਆ ਜਾ ਕਿ ਜੇ ਇਹੀ Song ਸਿੱਧੂ ਮੂਸੇ ਵਾਲੇ ਦੇ ਚੈਨਲ ਤੇ ਉਹ ਵੇਖਿਓ ਹੁਣ ਸਿੱਧੂ ਮੂਸੇ ਵਾਲੇ ਦੇ ਜਿਹੜੇ ਪਿਆਰ ਕਰਨ ਵਾਲੇ ਨੇ ਚੈਨਲ ਨੂੰ ਉਹਨੂੰ ਵੀ ਪ੍ਰੋਮੋਟ ਕਰਦੇ ਨੇ ਵੱਧ ਤੋਂ ਵੱਧ ਕਹਿ ਲਿਆ ਮਿਲੀਅਨ ਦੇ ਵਿੱਚ ਚੱਲ ਜੇਗਾ ਕਹਿ ਲਿਏ ਬਿਲਬੋਰਡ ਦੇ ਵਿੱਚ ਚੱਲ ਜੇਗਾ Song ਭਾਰ ਕਹਿ ਲਿਆ ਕਿ ਜੇ ਸਿੱਧੂ ਮੂਸੇ ਵਾਲੇ ਦੇ ਅਫੀਸ਼ੀਅਲ ਚੈਨਲ ਤੇ ਪੇਸ਼ ਨਿਆ ਹੁੰਦਾ ਤੇ ਕੁਝ ਫਰਕ ਹੋਰ ਦੇਖਣਾ ਸੀ ਸਟੈਫ ਲੰਡਨ ਦੇ ਤੁਹਾਨੂੰ ਹੋਰ ਦੇਖਿਆ ਬਾਕ ਜੋ ਵੀਡੀਓ ਦੇ ਵਿੱਚ ਸਾਰਿਆਂ ਨੂੰ ਦਿਖਾਇਆ ਗਿਆ ਤੁਸੀਂ ਸਾਰਿਆਂ ਨੇ ਦੇਖੀ ਅੱਜ ਜੋ ਮੈਂ ਕਿ ਇੱਕ ਵੀਡੀਓ ਦੇ ਵਿੱਚ ਦਿਖਾਇਆ ਗਿਆ ਇੱਕ ਚਿਹਰੇ ਤੇ ਉਦਾਸੀ ਦੀ ਗੱਲ ਵੀ ਦਿਖਾਈ ਗਈ ਹੈ ਇੱਕ ਗੁੱਸੇ ਦੀ ਵੀ ਦਿਖਾਈ ਗਿਆ ਤੇ ਇੱਕ ਖੁਸ਼ੀ ਵੀ ਦਿਖਾਈ ਗਈ ਉਹ ਆਪਾਂ ਰਿਐਕਸ਼ਨ ਦੇ ਵਿੱਚ ਵੀ ਇਸ ਚੀਜ਼ ਦਾ ਸਾਰਿਆਂ ਐਕਸਪਲੇਨ ਕਰ ਦਿੱਤਾ ਹੋਇਆ ਹੈ ਕਿ ਗੁੱਸਾ ਵੀ ਹੈ ਕੀ ਸਤੂ ਮੂਸੀ ਵਾਲੇ ਨੂੰ ਹਜੇ ਤੱਕ ਇਨਸਾਫ ਦੀ ਮੰਗ ਰੱਖੀ ਜਾ ਰਹੀ ਹੈ ਕੋਈ ਇਨਸਾਫ ਨਹੀਂ ਮਿਲਿਆ ਇੱਕ ਸੋਗ ਇਸ ਚੀਜ਼ ਦਾ ਹੈ ਕਿ ਸਤੂ ਮੂਸੀ ਵਾਲਾ ਸਾਡੇ ਵਿੱਚ ਨਹੀਂ ਹੈ ਖੁਸ਼ੀ ਇਸ ਚੀਜ਼ ਦੀ ਹੈ ਕਿ ਅੱਜ ਫਕਰ ਹੁੰਦਾ ਹੈ ਕਿ ਗੋਰਿਆਂ ਕਾਲਿਆਂ ਦੇ ਵਿੱਚ ਵੀ ਉਹ ਅੱਜ ਮੂਤਿਬਿਆਂ ਦਾ ਪੁੱਤ ਮੂਸੀ ਵਾਲਾ ਜਿਹੜਾ ਇੱਕ ਗੱਲਦਾ ਹੈ ਸੋ ਦੇਖੋ ਬੰਦੇ ਦੀ ਕਿੰਨੀ ਕਮਾਈ ਹੈ ਵੱਤੋ ਵੱਤ ਪਰ ਇੱਕ ਗੱਲ ਤੇ ਹੈ ਕਿ ਭਾਈ ਜਦੋਂ ਉਹ ਆਪ ਹੁੰਦਾ ਸੀ ਤੇ ਕੱਲੀ ਕਲੀ میوزਿਕ ਦੀ ਕੱਲੀ ਕਲੀ ਹਰ ਚੀਜ਼ ਦੀ ਵਾਈਬ ਨੂੰ ਚੈੱਕ ਕਰਕੇ ਹੁਣ ਟੀਮ ਵਰਕ ਵੀ ਜਿਸ ਤਰ੍ਹਾਂ ਉਹ ਸਿੱਧੂ ਮਸੂਏ ਵਾਲੇ ਦੀ ਮੈਨੇਜਮੈਂਟ ਜੋਰ ਕਹਿ ਲਈਏ ਕਿ ਚਲਾ ਰਹੀ ਹੈ ਉਹ ਦੇਖਿਆ ਜਾਵੇ ਤੇ ਉਹਦੇ ਵਿੱਚ ਵੀ ਕੁਝ Song ਜਿਹੜੇ ਨੇ ਕਹਿ ਲਈਏ ਕਿ ਲੀਕਡ ਕੀਤੇ ਜਾ ਰਹੇ ਨੇ ਜਾ ਆਟੋ ਜਨਰੇਟਡ ਟਿਊਨਿੰਗ ਕਰਕੇ ਅਪਲੋਡ ਹੋ ਰਹੀ ਨੇ ਪਰ ਇਹ ਚੀਜ਼ਾਂ ਤੇ ਥੋੜੀ ਰੋਕ ਲੱਗਣੀ ਚਾਹੀਦੀ ਏ ਕਿ ਇਸ ਚੀਜ਼ ਨੂੰ ਸਭ ਵੱਧ ਤੋਂ ਵੱਧ ਆਪਾਂ ਰੋਕ ਲੱਗੇ ਕਿ ਤਾਂ ਜੋ ਸਿੱਧੂ ਮੂਸੇਵਾਲੇ ਦਾ ਇੱਕ ਇੱਕ Song ਆਵੇ ਤੇ ਇੱਕ ਐਕਸਾਈਟਮੈਂਟ ਹੀ ਵੱਖਰੀ ਹੁੰਦੀ ਏ ਤੇ ਆਉਣ ਵਾਲੇ ਜਿਵੇਂ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਕਿਹਾ ਸੀ ਕਿ 10-15 ਸਾਲਾਂ ਤੱਕ ਮੈਂ ਆਪਣੇ ਪੁੱਤ ਨੂੰ ਐਵੇਂ ਜਿਉਂਦਾ ਰੱਖਾਂਗਾ ਤੇ ਉਹ ਰੱਖਣਗੇ ਵੀ ਉਹਨਾਂ ਦੇ ਗਾਣਿਆਂ ਦੇ ਥਰੂ ਹਜੇ ਇਹ ਸਟੈਫ ਲੰਡਨ ਦੇ ਨਾਲ ਹੈ ਸੋ ਹੋਵੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ Song ਦੇਖਣ ਨੂੰ ਮਿਲਣਗੇ 295 ਟੂ Song ਹਜੇ ਉਹ ਵੀ ਕਹਿ ਲਈਏ ਕਿ ਆਵੇਗਾ ਜ਼ਰੂਰ ਵੈਸੇ ਗੱਲਬਾਤ ਤਾਂ ਚੱਲ ਰਹੀ ਹੈ ਸੋ ਇਹ ਮੈਂ ਵੀਡੀਓ ਦੇ ਵਿੱਚ ਕਹਿਣਾ ਕੀਤਾ ਤੁਹਾਨੂੰ ਕੀ ਡਿਫਰੈਂਟ ਲੱਗਿਆ ਜਾਂ ਕੀ ਗੱਲਬਾਤ ਹੈ ਤੁਸੀਂ ਆਪਣੇ ਵੀਡੀਓ ਦੇ ਵਿੱਚ ਕਮੈਂਟ ਬਾਕਸ ਕਰਕੇ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਸਿੱਧੂ ਮੂਸੇਵਾਲੇ ਦੀ ਇੱਕ ਆਵਾਜ਼ ਹੀ ਚਾਹੀਦੀ ਹੈ ਆਵਾਜ਼ ਕੰਨਾਂ ਦੇ ਵਿੱਚ ਪੈ ਜਾਂਦੀ ਹੈ ਨਾ ਉਹੀ ਇੱਕ ਖੁਸ਼ੀ ਦੀ ਗੱਲ ਹੋਏ ਦੀ ਕਿ ਬਾਈ ਕੁਝ ਨਵਾਂ ਸੁਣਨ ਵਾਸਤੇ ਉਹਦੇ ਮਿਲਿਆ ਬਾਕੀ ਕੋਈ ਦਿਨ ਐਸਾ ਨਹੀਂ ਗਿਆ ਜਿਸ ਦਿਨ ਉਹਦੇ ਗਾਣੇ ਕਿਸੇ ਕੰਨਾਂ ਦੇ ਵਿੱਚ ਵੱਜੇ ਨਾ ਹੋਣ ਸੋ ਤੁਹਾਨੂੰ ਕਿਵੇਂ ਦੀ ਵੀਡੀਓ ਲੱਗੀ ਤੁਸੀਂ ਦੱਸਿਓ ਤੁਹਾਡੀ ਕੋਈ ਰਾਏ ਹੋਵੇ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਓ ਸੋ ਅਗੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ ਸਤਿ ਸ੍ਰੀ ਅਕਾਲ ਬਾਈ ਬਾਈ